ਹਰ ਖਬਰਾਂਸ ਬੁਲੇਟਿਨ 'ਚ ਤੁਹਾਡਾ ਸਵਾਗਤ ਮੈਂ ਹਾਂ ਪਰਮਿੰਦਰ ਕੌਰ ਪਹਿਲਾਂ ਪੇਸ਼ ਨੇ ਚੋਣੀਆਂ ਖਬਰਾਂ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਤਹਿਤ ਅੱਜ ਤੋਂ ਦੇਸ਼ ਭਰ ਚ ਫਿਟ ਇੰਡੀਆ ਫਰੀडम ਦੌੜ ਦੀ ਸ਼ੁਰੂਆਤ ਯੁਵਾ ਮਾਮਲਿਆਂ ਤੇ ਖੇਡਾਂ ਬਾਰੇ ਕੇਂਦਰੀ ਮੰਤਰੀ ਅਨੁਰಾಗ್ ਠਾਕੁਰ ਨੇ ਇਸ ਦੌੜ ਦੀ ਸ਼ੁਰੂਆਤ ਕੀਤੀ ਅੱਜ ਤੋਂ ਸ਼ੁਰੂ ਹੋਈ ਫਿਟ ਇੰਡੀਆ ਫਰੀडम ਦੌੜ 2 ਅਕਤੂਬਰ ਤੱਕ ਚੱਲੇਗੀ ਟੋਕੀਓ 올림픽 2020 ਚ ਸ਼ਾਮਿਲ ਪੰਜਾਬ ਦੇ ਖਿਡਾਰੀਆਂ ਨੂੰ ਪੰਜਾਬ ਪਵਨ ਚੰਡੀਗੜ੍ਹ ਚ ਹੋਏ ਸਮਾਗਮ ਦੌਰਾਨ 28 ਕਰੋੜ 36 ਲੱਖ ਰੁਪਏ ਦੀ ਨਗਦ ਰਾਸ਼ੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਤਮਗਾ ਜੇਤੂਆਂ ਨੂੰ ਨੌਕਰੀਆਂ ਦੇਣ ਲਈ ਛੇਤੀ ਹੀ ਇੱਕ ਖਾਕਾ ਤਿਆਰ ਕਰੇਗੀ ਸੂਬੇ ਚ ਮਹਿਲਾ ਹਾਕੀ ਨੂੰ ਸ਼ਾਹਿਦ ਕਰਨ ਲਈ ਵਿਸ਼ੇਸ਼ ਅਕਾਦਮੀ ਬਣਾਉਣ ਦਾ ਐਲਾਨ ਕਾਂਸੇ ਦਾ ਤਮਗਾ ਜਿੱਤਣ ਵਾਲੀ ਮਰਦਾਂ ਦੀ ਹਾਕੀ ਟੀਮ ਦੀ ਸ਼ਲਾਘਾ ਕਰਦੇ ਮੁੱਖ ਮੰਤਰੀ ਨੇ ਆਖੇ ਕਿ ਇਸ ਨਾਲ ਭਾਰਤ ਦੀ ਗਵਾਚੀ ਸ਼ਾਨ ਮੁੜ ਬਹਾਲ ਹੋਵੇਗੀ ਰਾਜ ਸਭਾ ਚ ਹੰਗਾਮੇ ਲਈ ਸਰਕਾਰ ਨੇ ਵਿਰੋਧੀ ਪਾਰਟੀਆਂ ਨੂੰ ਦੇਸ਼ ਤੋਂ ਮਾਫੀ ਮੰਗ ਲਈ ਕਿਹਾ ਕਮੀ ਟਿਕਾਕਰਨ ਮਹਿੰਮ ਤਹਿਤ ਦੇਸ਼ ਵਿੱਚ 52 ਕਰੋੜ 93 ਲੱਖ ਤੋਂ ਵੱਧ ਲਾਪਤਿਆਂ ਨੂੰ ਟੀਕੇ ਲਗਾਏ ਜਾ ਚੁੱਕੇ ਨੇ ਲਾਰਡਸ ਕ੍ਰਿਕਟ ਟੈਸਟ ਮੈਚ ਵਿੱਚ ਭਾਰਤ ਪਹਿਲੇ ਦਿਨ ਦੇ ਸਕੋਰ 3 ਵਿਕਟਾਂ ਦੇ ਨੁਕਸਾਨ ਤੇ ਬਣਾਈਆਂ 276 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕਰੇਗਾ ਤੇ ਹੁਣ ਖਬਰਾਂ ਵਿਸਥਾਰ ਨਾਲ ਕੇਂਦਰੀ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ 75ਵੇਂ ਆਜ਼ਾਦੀ ਦਿਹਾੜੇ ਦੇ ਸਬੰਧ ਵਿੱਚ ਕਰਵਾਏ ਜਾ ਰਹੇ ਆਜ਼ਾਦੀ ਦਾ ਅੰਮ੍ਰਿਤ ਮહોਤਸਵ ਨੂੰ ਮਨਾਉਣ ਲਈ ਲੋਕਾਂ ਨੂੰ ਫਿਟ ਇੰਡੀਆ ਦੌੜ ਦੇ ਦੂਜੇ ਸੈਸ਼ਨ ਵਿੱਚ ਆਪਣੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਦਾ ਸੱਦਾ ਦਿੱਤਾ ਹੈ। ਨਵੀਂ ਦਿੱਲੀ ਦੇ ਮੇਜਰ ਤੇ ਅਚੰਦ ਨੈਸ਼ਨਲ ਸਟੇਡੀਅਮ 'ਚ ਇਸ ਦੂਜੇ ਸੈਸ਼ਨ ਦੀ ਰਸਮੀ ਸ਼ੁਰੂਆਤ ਕਰਦੇ ਕੇਂਦਰੀ ਮੰਤਰੀ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਇਸ ਮੋਹਮ ਨਾਲ ਜੁੜਨ ਵਾਲਿਆਂ ਨਾਲ ਵਰਚੁਅਲ ਗੱਲਬਾਤ ਵੀ ਕੀਤੀ। ਦੇਸ਼ ਭਰ ਦੇ 744 ਜ਼ਿਲ੍ਹਿਆਂ 'ਚ ਇਹ ਦੌੜ ਕਰਵਾਈ ਜਾ ਰਹੀ ਹੈ। ਇਸ ਦੌੜ ਮੰਤਵ ਲੋਕਾਂ ਨੂੰ ਸਿਹਤ ਸਰਗਰਮੀਆਂ ਨਾਲ ਜੋੜਨਾ ਹੈ ਆਮ ਲੋਕ ਮੋਟਾਪੇ ਸੁਸਤੀ ਤਨਾ ਚਿੰਤਾ ਤੇ ਬਿਮਾਰੀਆਂ ਤੋਂ ਆਜ਼ਾਦੀ ਲਈ ਕਿਸੇ ਵੀ ਸਮੇਂ ਤੇ ਇਸ ਦੌੜ ਵਿੱਚ ਸਰੀਰੇਕ ਜਾਂ ਵਰਚੁਅਲ ਟੰਗ ਨਾਲ ਹਿੱਸਾ ਲੈ ਸਕਦੇ ਨੇ ਜਨ ਹਿੱਸੇਦਾਰੀ ਤੋਂ ਜਨ ਅੰਦੋਲਨ ਦੇ ਮੰਤਵ ਨਾਲ ਫਿਟ ਇੰਡੀਆ ਫਰੀडम ਦੌੜ ਇਸ ਸਾਲ ਅੱਜ ਤੋਂ ਸ਼ੁਰੂ ਕਰਕੇ 2 ਅਕਤੂਬਰ ਵਿਚਾਲੇ ਕਰਵਾਈ ਜਾ ਰਹੀ ਹੈ ਇਸ ਦੌਰਾਨ ਆਮ ਲੋਕ ਆਪਣੀ ਪਸੰਦ ਦਾ ਰੂਟ ਚੁਣ ਸਕਦੇ ਨੇ ਤੇ ਆਪਣੀ ਰਫਤਾਰ ਨਾਲ ਦੌੜ ਸਕਦੇ ਨੇ ਅੱਜ ਤੋਂ ਫਿਟ ਇੰਡੀਆ ਦੇ ਵੈਬਸਾਈਟ ਤੇ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ ਹਿੱਸਾ ਲੈਣ ਵਾਲੇ ਆਪਣਾ

hockey ke jadugar uske sath jodkar dekha jata hai aisi bahut sari baatein jhansi ke bare mein kahin jaati ਪੰਜਾਬ ਪਵਨ ਚੰਡੀਗੜ੍ਹ ਤੋਂ ਟੋਕੀਓ 올림픽 2020 ਚ ਤਮਗਾ ਜਿੱਤਨ ਵਾਲੇ ਅਤੇ ਹਿੱਸਾ ਲੈਣ ਵਾਲੇ ਪੰਜਾਬ ਦੇ ਖਿਡਾਰੀਆਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 28 ਕਰੋੜ 36 ਲੱਖ ਰੁਪਏ ਦੇ ਨਗਦ ਇਨਾਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਨੇ ਦੇਸ਼ ਦੇ ਖੇਡ ਇਤਿਹਾਸ ਵਿੱਚ ਮੋੜ ਤੋਂ ਇਤਿਹਾਸ ਸਿਰਜਿਆ। ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਸੂਬਾ ਸਰਕਾਰ ਤਮਗਾ ਜੇਤੂਆਂ ਨੂੰ ਨੌਕਰੀਆਂ ਦੇਣ ਲਈ ਜਲਦੀ ਹੀ ਇੱਕ ਖਾਕਾ ਤਿਆਰ ਕਰੇਗੀ। ਉਨ੍ਹਾਂ ਇਸ ਸਬੰਧੀ ਮੁਖਸ਼ਕਰਤ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ। ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਗਦ ਰਾਸ਼ੀ ਪੁਰਸਕਾਰਾਂ ਨੂੰ 올림픽 ਛੇਸਾ ਲੈਣ ਵਾਲੇ 21 ਪੰਜਾਬੀ ਖਿਡਾਰੀਆਂ ਦੇ ਖਾਤਿਆਂ 'ਚ ਆਨਲਾਈਨ ਟ੍ਰਾਂਸਫਰ ਕੀਤਾ ਸਮਾਗਮ ਦੌਰਾਨ ਮਹਿਲਾ ਹਾਕੀ ਖਿਡਾਰੀਆਂ ਵੱਲੋਂ ਮੁੱਖ ਮੰਤਰੀ ਨੂੰ ਆਪਣੀ ਸਮੁੱਚੀ ਟੀਮ ਦੇ ਦਸਤਖਤ ਵਾਲੀ ਇੱਕ ਹਾਕੀ ਵੀ ਪੇਸ਼ ਕੀਤੀ ਗਈ ਮੁੱਖ ਮੰਤਰੀ ਨੇ 41 ਸਾਲ ਦੇ ਵਕਫੇ ਮਗਰੋਂ ਕਾਂਸੇ ਦਾ ਤਮਗਾ ਜਿੱਤਣ ਤੇ ਮਰਦਾਂ ਦੀ ਹਾਕੀ ਟੀਮ ਦੀ ਝਲਾਗਾ ਕਰਦਿਆਂ ਕਿਹਾ ਕਿ ਇਸ ਨਾਲ ਹਾਕੀ 'ਚ ਪਾਰ ਦੀ ਗਵਾਚੀ ਸ਼ਾਨ ਮੁੜ ਬਹਾਲ ਹੋਵੇਗੀ ਇਸ ਮੌਕੇ ਉਹਨਾਂ ਪਿੰਡਾਂ 'ਚ ਸਕੂਲਾਂ ਤੇ ਸੜਕਾਂ ਦੇ ਨਾਲ ਖਿਡਾਰੀਆਂ ਦੇ ਨਾਂ ਤੇ ਰੱਖਣ ਦਾ ਐਲਾਨ ਕੀਤਾ ਉਹਨਾਂ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੂੰ ਐਸਪੀ ਵਜੋਂ ਤਰੱਕੀ ਦੇਣ ਦਾ ਵੀ ਐਲਾਨ ਕੀਤਾ ਸੂਬੇ ਵਿੱਚ ਮਹਿਲਾ ਹਾਕੀ ਨੂੰ ਅੱਲਾ ਸ਼ੇਰੀ ਦੇਣ ਲਈ ਇੱਕ ਵਿਸ਼ੇਸ਼ ਕਾਦਮੀ ਬਣਾਉਣ ਦਾ ਵੀ ਐਲਾਨ ਕੀਤਾ ਗਿਆ ਮੁੱਖ ਮੰਤਰੀ ਨੇ ਆਖਿਆ ਕਿ ਅਤ ਆਧੁਨਿਕ ਸੁਲਤਾਨਾ ਲੈ ਸਟੇਡੀਅਮਾਂ ਦੀ ਉਸਾਰੀ ਕਰਨਾ ਸਰਕਾਰ ਦੀ ਤਰਜੀਹ ਅਤੇ ਇਸ ਕੰਮ ਲਈ ਫੰਡਾਂ ਦੀ ਘਾਟ ਨੂੰ ਅੜਿਕਾ ਨਹੀਂ ਬਣਨ ਦਿੱਤਾ ਜਾਵੇਗਾ ਟੋਕੀਓ ਚ ਪੰਜਾਬ ਦੇ ਖਿਡਾਰੀਆਂ ਦੇ ਪ੍ਰਦਰਸ਼ਨ ਤੇ ਖੁਸ਼ੀ ਜ਼ਾਹਿਰ ਕਰਦੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਉਹ ਖਿਡਾਰੀਆਂ ਨੂੰ ਆਪਣੇ ਹੱਥ ਨਾਲ ਖਾਣਾ ਤਿਆਰ ਕਰਕੇ ਖਵਾਉਣਗੇ ਸਰਕਾਰ ਅਤੇ ਵਿਰੋਧੀ ਪਾਰਟੀਆਂ ਦੇ ਵਫਦ ਮੈਂਬਰਾਂ ਨੇ ਬੀਤੇ ਦਿਨੀ ਸਦਨ ਚ واپਰੀਆਂ ਘਟਨਾਵਾਂ ਨੂੰ ਲੈ ਕੇ ਰਾਜ ਸਭਾ ਦੇ ਸਭਾਪਤੀ ਐਮ ਬੈਂਗਈਆ ਨਾਇਡੂ ਨਾਲ ਬਖੂ-ਬਖਰੀਆਂ ਮੁਲਾਕਾਤਾਂ ਕੀਤੀਆਂ। ਇਹਨਾਂ ਦੋਵਾਂ ਵਫਦਾਂ ਦੇ ਮੈਂਬਰਾਂ ਨਾਲ ਮੀਟਿੰਗ ਤੋਂ ਪਹਿਲਾਂ ਸਭਾਪਤੀ ਨੇ ਰਾਜ ਸਭਾ ਸਖਤਰੇ ਦੇ ਸੀਨੀਅਰ ਅਧਿਕਾਰੀਆਂ ਨਾਲ 1 ਘੰਟੇ ਤੱਕ ਵਿਚਾਰ-ਵਟਾਂਦਰਾ ਕੀਤਾ। ਇਸ ਮੀਟਿੰਗ 'ਚ ਰਾਜ ਸਭਾ ਦੇ ਪਿਛਲੇ ਕੁਝ ਦਿਨਾਂ ਤੋਂ ਮਾਰਚਲਾਂ ਦੀ ਤਾਇਨਾਤੀ ਦੇ ਮੁੱਦੇ ਸਮੇਤ ਸਦਨ ਚ واپਰੀਆਂ ਘਟਨਾਵਾਂ ਤੇ ਹੋਰ ਕਾਰਵਾਈ ਤੇ ਚਰਚਾ ਕੀਤੀ ਗਈ। ਰਾਜ ਸਭਾ ਅਧਿਕਾਰੀਆਂ ਨੇ ਸਦਨ ਦੇ ਕੁਝ ਮੈਂਬਰਾਂ ਤੇ ਮਾਰਚ ਨਾਲ ਮਾਰਚਲਾਂ ਨਾਲ ਬਾਪਰੀਆਂ ਘਟਨਾਵਾਂ ਦਾ ਵੇਰਵਾ ਸਭਾਪਤੀ ਨੂੰ ਦਿੱਤਾ ਸਭਾਪਤੀ ਨੇ ਅਧਿਕਾਰੀਆਂ ਨੂੰ ਆਖਿਆ ਕਿ ਮਾਰਚਲਾਂ ਦੀ ਤੈਨਾਤੀ ਦੇ ਤਰੀਕੇ ਤੇ ਉਹਨਾਂ ਦੀ ਗਿਣਤੀ ਬਾਰੇ ਇੱਕ ਰਿਪੋਰਟ ਤਿਆਰ ਕਰਕੇ ਉਹਨਾਂ ਨੂੰ ਸੌਂਪਨ ਰਾਜ ਸਭਾ ਚ ਵਿਰੋਧੀ ਧਿਰ ਦੇ ਆਗੂ ਮਲਕੀਆਰ ਜੁਨਖੜਗੇ ਦੀ ਅਗਵਾਈ ਚ ਵਿਰੋਧੀ ਪਾਰਟੀਆਂ ਦੇ ਵਫਦ ਨੇ ਮੁੱਖ ਤੌਰ ਤੇ ਜਨਰਲ ਬੀਮਾ ਬਿੱਲ ਪਾਸ ਕਰਵਾਏ ਜਾਣ ਦੇ ਤਰੀਕੇ ਮਾਰਚਲਾਂ ਦੀ ਗਿਣਤੀ ਅਤੇ ਤੈਨਾਤੀ ਦੇ ਤਰੀਕੇ ਸਮੇਤ ਕੁਝ ਮੈਂਬਰਾਂ ਦੇ ਕੰਮਕਾਜ ਵਿੱਚ ਰੁਕਾਵਟ ਪਾਉਣ ਲਈ ਮਾਰਚਲਾਂ ਦੀ ਮੌਜੂਦਗੀ ਦਾ ਮੁੱਦਾ ਮੁੱਖ ਤੌਰ ਤੇ ਚੁੱਕਿਆ ਦੂਜੇ ਪਾਸੇ ਸਰਕਾਰ ਦੇ ਵਫਦ ਨੇ ਵਿਰੋਧੀ ਪਾਰਟੀਆਂ ਵੱਲੋਂ ਕੀ ਇਹ ਗੇ ਹੰਗਾਮੇ ਦਾ ਮੁੱਦਾ ਸਭਾਪਤੀ ਸਾਹਮਣੇ ਚੁਕਿਆ ਉਹਨਾਂ ਵਿਰੋਧੀ ਪਾਰਟੀਆਂ ਦੇ ਗੈਰ ਜ਼ਿੰਮੇਵਾਰਾਨਾ ਵਤੀਰੇ ਬਾਰੇ ਵੀ ਚਰਚਾ ਕੀਤੀ ਅਤੇ ਜਮੂਰੀਅਤ ਦੇ ਮੰਦਰ ਵਜੋਂ ਜਾਣੇ ਜਾਂਦੇ ਸੰਸਦ ਦੀ ဂਰੀਮਾ ਨੂੰ ਕਾਇਮ ਰੱਖਣ ਲਈ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਸਭਾਪਤੀ ਨੇ ਦੋਵੇਂ ਬਫਦਾਂ ਦੇ ਮੈਂਬਰਾਂ ਨੂੰ ਉਹਨਾਂ ਦੀਆਂ ਚਿੰਤਾਵਾਂ ਦਾ ਫੌਰੀ ਹੱਲ ਕਰਨ ਦਾ ਭਰੋਸਾ ਦਿੱਤਾ ਸਰਕਾਰ ਨੇ ਰਾਜ ਸਭਾ ਦੇ ਮੌਨਸੂਨ اجلاس ਦੌਰਾਨ ਵਿਰੋਧੀ ਪਾਰਟੀਆਂ ਦੇ ਗੈਰਜਮੂਰੀ ਵਤੀਰੇ ਨੂੰ ਭਾਰਤੀ ਲੋਕਤੰਤਰ ਦੇ ਇਤਿਹਾਸ ਦਾ ਇੱਕ ਕਾਲਾ ਅਧਿਆਇ ਘੜ ਦਿੰਦਿਆਂ ਵਿਰੋਧੀ ਪਾਰਟੀਆਂ ਨੂੰ ਦੇਸ਼ ਤੋਂ ਮੁਆਫੀ ਮੰਗਣ ਲਈ ਕਿਹਾ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਜਦੀ ਮਾਮਲਿਆਂ ਬਾਰੇ ਮੰਤਰੀ ਪ੍ਰਿਲਾਦ ਜੋਸ਼ੀ ਨੇ ਕਿਹਾ ਕਿ ਸਦਨ ਚ ਨਿਯਮਾਂ ਦੀ ਖੁੱਲਕੇ ਉਲੰਘਣਾ ਕਰਨ ਵਾਲੇ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਖਿਲਾਫ ਸਖਤ ਤੇ ਚੇਤਾਵਨੀ ਦੇਣ ਵਾਲੀ ਠੋਸ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਨੇ ਪਹਿਲਾਂ ਹੀ ਫੈਸਲਾ ਕਰ ਲਿਆ ਸੀ ਕਿ ਸੰਸਦ ਨੂੰ ਕੰਮ ਨਹੀਂ ਕਰਨ ਦਿੱਤਾ ਜਾਵੇਗਾ ਜੋਸ਼ੀ ਨੇ ਕਿਹਾ ਕਿ ਕੁਝ ਵਿਰੋਧੀ ਮੈਂਬਰਾਂ ਨੇ ਰਿਪੋਰਟਰ ਦੇ ਮੇਜ਼ ਤੇ ਚੜ੍ਹ ਕੇ ਸਦਨ ਦੀ ਪਵਿੱਤਰਤਾ ਨੂੰ ਢਾਹ ਲਾਈ ਹੈ ਇਸ ਤੋਂ ਇਲਾਵਾ ਸਭਾਪਤੀ ਦੇ ਆਸਣ ਤੇ ਨੀਮਾ ਦੀ ਕਿਤਾਬ ਛੁੱਟੀ ਅਤੇ ਮਾਰਚਲਾਂ ਨਾਲ ਵੀ ਤੱਕਾਮੁਕੀ ਕੀਤੀ ਜੋਸ਼ੀ ਨੇ ਦੋਸ਼ ਲਗਾਇਆ ਕਿ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਧਮਕੀ ਦਿੱਤੀ ਕਿ ਜੇ ਸਰਕਾਰ ਨੇ ਹੋਰ ਬਿੱਲ ਪਾਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੰਸਦ ਨੂੰ ਹੋਰ ਗੰਭੀਰ ਨਤੀਜੇ ਭੁਗਤਨੇ ਪੈਣਗੇ ਉਹਨਾਂ ਨੇ ਬਿੱਲ ਸ਼ੋਰ ਸ਼ਰਾਬੇ ਨਾਲ ਪਾਸ ਕਰਨ ਦੇ ਵਿਰੋਧੀ ਤਰ੍ਹਾਂ ਦੇ ਦੋਸ਼ਾਂ ਤੇ ਸਵਾਲ ਉਠਾਇਆ ਕਿਹਾ ਕਿ ਸਰਕਾਰ ਦੋਵੇਂ ਸਦਨਾਂ ਦੇ ਨਿਰਵਿਘਨ ਕੰਮਕਾਰ ਨੂੰ ਯਕੀਨੀ ਬਣਾਉਣ ਦੀ विरोधी तो धिर लगातार संपर्क में सी पर विरोधी पार्टियां संसद का कामकाज न चलाते अड़े हुए सन संसदीय मामलों बारे मंत्री ने कहा कि यूपीए शासन दौरान दो हज़ार चार तो दो हज़ार चौदह दौरान हंगामे के विचार कई अहम बिल पास किए गए सन Opposition leaders, myself and Sri Piyushji, we made an offer. We are ready even up to Monday. Not curtailing. Curtailing का दूर बात है. हमने ये कहा मंडे तक ले जाने के लिए तैयार है. डिस्कशन नहीं करेंगे मैंने बोला आज कम से कम हमारा बिल पारित करने के लिए आप कोऑपरेट करो वी टू पास द बिल द मॉर्निंग इट सेल्फ वी वर थ्रेटेंड आई एम यूजिंग द वर्ड्स वेरी केयरफुली वी वर थ्रेटेंड इफ यू ट्राई टू पास द बिल इंश्योरेंस बिल एंड अदर बिल बाई इवनिंग आफ्टर द पैसेज ऑफ ओबीसी बिल देन More disastrous situation you can see in the evening, what had happened yesterday that was climbing on the table, more than that. ਕੇਂਦਰੀ ਮੰਤਰੀ ਅਤੇ ਰਾਜ ਸਭਾ ਦੇ ਨੇਤਾ ਪਿਊਸ਼ ਗੋਇਲ ਨੇ ਕਿਹਾ ਕਿ ਵਿਰੋਧੀ ਧਿਰ ਨੇ ਸੈਸ਼ਨ ਦੇ ਪੂਰੇ ਸਮੇਂ ਦੌਰਾਨ ਸਿਰਫ ਦੁਰਵਿਹਾਰੀ ਕੀਤਾ ਕਿਉਂ ਜੋ ਉਹ ਨਹੀਂ ਚਾਹੁੰਦੇ ਸਨ ਕਿ ਲੋਕ ਭਲਾਈ ਦੇ ਮੁੱਦਿਆਂ ਤੇ ਚਰਚਾ ਕੀਤੀ ਜਾਵੇ ਉਹਨਾਂ ਇਹ ਵੀ ਆਖਿਆ ਕਿ ਰਾਜ ਸਭਾ ਵਿਰੋਧੀ ਧਿਰ ਦਾ ਪਤੀਰਾ ਸੰਸਦ ਦੀ ਲੋਕਤੰਤਰ ਲੀਕ ਮਾੜਾ ਉਦਾਹਰਨ ਸਾਬਤ ਹੋਇਆ ਗੋਇਲ ਨੇ ਕਿਹਾ ਕਿ ਵਿਰੋਧੀ ਧਿਰ ਦਾ ਪਤੀਰਾ ਬੇहद ਨਿੰਦਣਯੋਗ ਹੈ ਉਹਨਾਂ ਵਿਰੋਧੀ ਪਾਰਟੀਆਂ ਦੇ ਉਹਨਾਂ ਦੋਸ਼ਾਂ ਨੂੰ ਵੀ ਰੱਦ ਕਰ ਦਿੱਤਾ ਕਿ ਬਾਹਰੀ ਲੋਕਾਂ ਨੂੰ ਸਦਨ ਵਿੱਚ ਬੁਲਾਇਆ ਗਿਆ ਸੀ ਉਹਨਾਂ ਨੇ ਰਾਜ ਸਭਾ ਚੋਪਰੀ ਘਟਨਾ ਦੀ ਡੁੰਗਿਆਈ ਨਾਲ ਜਾਂਚ ਦੀ ਮੰਗ ਕਰਦੇ ਹਾਂ ਕਿ ਕਿ ਦੋਸ਼ सख्त कार्रवाई की जानी चाहिए कांग्रेस के आम आदमी पार्टी के तृणमूल कांग्रेस के सांसदों ने देश के समक्ष रखा है मैं समझता हूं पूरे सदन की गरिमा सदन की कार्रवाई के ऊपर एक जनता के बीच में ਬੜਾ ਭਸਟਚਨ ਖੜਾ ਕਰ ਦਿਆ ਵਿਪੱਖ ਨੇ ਕਿ ਉਹ ਆਗੇ ਦੇਸ਼ ਨੂੰ ਕਿਸ ਪਾਸੇ ਲੈ ਕੇ ਜਾਣਾ ਚਾਹਤੇ ਹਨ ਸਾਡੇ ਯੁਵਾ ਯੋਤਿਓ ਕੋ ਕੀਆ ਭਵਿੱਖ ਦਿਖਾਣਾ ਚਾਹਤੇ ਹਨ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਮੌਨਸੂਨ ਦੇ ਜਲਾਸ ਦੌਰਾਨ ਵਿਰੋਧੀ ਦਰਦਾ ਇੱਕੋ ਇੱਕ ਏਜੰਡਾ ਸੜਕ ਤੋਂ ਸੰਸਦ ਤੱਕ ਹਪੜਾ ਤਪੜੀ ਮਚਾਉਣਾ ਸੀ ਉਹਨਾਂ ਇਹ ਵੀ ਕਿਹਾ ਕਿ ਰਾਜ ਸਭਾ ਸਖਤਰ ਜਰਨਲ ਦਾ ਮੇਜ ਵਿਰੋਧ ਅਤੇ ਨੱਚਣ ਲਈ ਨਹੀਂ ਸੀ ਇਸ ਕੋ ਫਾੜਨੇ ਦਾ ਕੰਮ ਵੀ ਕੀਤਾ यहाँ तक कि माननीय प्रधानमंत्री जी ने नए मंत्रियों को कहा कि आप राज्यसभा में जाके डिबेट्स को जरूर सुनिए बहुत क्वालिटी डिबेट्स होती है आपको समय लगाना चाहिए लेकिन जब हमारा अनुभव आया जब मंत्री वापस आकर मिलते हैं कि ये टेबल किस लिए है नाचने के लिए है किसका काम कुछ और है क्या इसी राज्यसभा में आने के लिए कहा था जहां पर यह सब हुआ है जहां लोकतंत्र शर्मसार हुआ अपमानित हुआ ਦਰਸ਼ਨਾ ਬਣਦਾ ਕਿ ਕੇਂਦਰੀ ਮੰਤਰੀ ਮੁਖ्तार अब्बास नकवी, ਪੁਪੇਂਦਰ ਯਾਦਵ, ਅਰਜੁਨ ਰਾਮ ਮੇਕਬਾਲਾ ਤੇ ਵੀ ਮੁਰਲੀ ਤਰਨਵੀ ਪ੍ਰੈਸ ਕਾਨਫਰੰਸ ਵਿੱਚ ਮੌਜੂਦ ਸਨ ਇਸ ਦੌਰਾਨ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਹੋਰ ਵਿਰੋਧੀ ਲੀਡਰਾਂ ਦੀ ਅਗਵਾਈ ਚ ਸੰਸਦ ਮੈਂਬਰਾਂ ਨੇ ਨਵੀਂ ਦਿੱਲੀ ਦੇ ਸੰਸਦ ਸੰਸਦ ਪਮੰਤੂ ਵਿਜੇ ਚੌਕ ਤੱਕ ਰੋਸ ਮਾਰਚ ਕੱਢਿਆ। ਉਹਨਾਂ ਇਲਜ਼ਾਮ ਲਗਾਏ ਕਿ ਵਿਰੋਧੀ ਮੈਂਬਰਾਂ ਨੂੰ ਸਦਨ ਵਿੱਚ ਬੋਲਣ ਨਹੀਂ ਦਿੱਤਾ ਗਿਆ। ਇਹਨਾਂ ਮੈਂਬਰਾਂ ਨੇ ਰਾਜ ਸਭਾ ਦੇ ਵਿਰੋਧੀ ਮੈਂਬਰਾਂ ਵਿਰੁੱਧ ਹਿੰਸਾ ਕੀਤੇ ਜਾਣ ਦਾ ਇਲਜ਼ਾਮ ਲਗਾਉਂਦਿਆਂ ਕਿ ਕਿ ਉਹਨਾਂ ਨੂੰ ਸੰਸਦ ਵਿੱਚ ਖੇਤੀ ਕਾਨੂੰਨਾਂ, ਪੈਕਸ ਜਸੂਸੀ ਮਾਮਲੇ ਤੇ ਮਹਿੰਗਾਈ ਵਰਗੇ ਮੁੱਦਿਆਂ ਤੇ ਨਹੀਂ ਬੋਲਣ ਦਿੱਤਾ ਗਿਆ। ਇਸ ਕਰਕੇ ਹੁਣ ਉਹ ਸੰਸਦ ਤੋਂ ਬਾਹਰ ਆ ਕੇ ਬੁਲਰੇ ਨੇ। ਦੇਸ਼ ਵਿੱਚ ਕੋਵਿਡ ਵੈਕਸੀਨੇਸ਼ਨ ਤਹਿਤ ਹੁਣ ਤੱਕ 52 ਕਰੋੜ 89 ਲੱਖ ਤੋਂ ਵੱਧ ਲਾਪਤਰੀਆਂ ਦਾ ਟੀਕਾਕਰਨ ਮੁਕੰਮਲ ਹੋ ਚੁੱਕਾ ਹੈ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ 52 ਕਰੋੜ 89 ਲੱਖ 27 ਹਜ਼ਾਰ ਤੋਂ ਵੱਧ ਲਾਪਤਰੀਆਂ ਨੂੰ ਕੋਵਿਡ ਰੋਕੂ ਕੂਟੀ ਲਗਾਏ ਜਾ ਚੁੱਕੇ ਨੇ 21 ਜੂਨ ਤੋਂ ਸ਼ੁਰੂ ਹੋਈ ਕੋਵਿਡ-19 ਵੈਕਸੀਨੇਸ਼ਨ ਦੇ ਸਿਰਫ ਵਿਆਪੀ ਗੀੜ ਤੱਕ ਟੀਕੇ ਲਗਾਉਣ ਦੇ ਕੰਮ ਵਿੱਚ ਤੇਜ਼ੀ ਆਈ ਹੈ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਗੁਜਰਾਤ ਰਾਜਸਥਾਨ ਅਤੇ ਮਹਾਰਾਸ਼ਟਰ ਦੇ ਅਜੇ ਪੰਜ ਸੂਬੇ ਨੇ ਜਿੱਥੇ 18 ਤੋਂ 44 ਸਾਲ ਤੱਕ ਉਮਰ ਵਰਗ ਤਹਿਤ ਤੋਂ ਵੱਧ ਲਾਪਾਤਰੀਆਂ ਦਾ ਟੀਕਾਕਰਨ ਮੁਕੰਮਲ ਹੋ ਚੁੱਕਾ ਹੈ ਇਸ ਉਮਰ ਵਰਗ ਚ ਪੰਜਾਬ ਚ 30 ਲੱਖ 8725 ਲਾਪਾਤਰੀਆਂ ਨੂੰ ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਹੈ ਜਦਕਿ 209256 ਲਾਪਾਤਰੀਆਂ ਨੂੰ ਵੈਕਸੀਨੇਸ਼ਨ ਦੀ ਦੂਜੀ ਖੁਰਾਕ ਮੁਹੱਈਆ ਕਰਵਾਈ ਜਾ ਚੁੱਕੀ ਹੈ ਪਿਛਲੇ 24 ਘੰਟਿਆਂ ਦੌਰਾਨ 50 ਲੱਖ ਤੋਂ ਵੱਧ ਲਾਪਾਤਰੀਆਂ ਨੂੰ ਟੀਕੇ ਲਗਾਏ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਿਆ ਕਿ ਅੱਜ ਬਦਲਦੇ ਹੋਏ ਭਾਰਤ ਵਿੱਚ ਦੇਸ਼ ਦੀਆਂ ਧੀਆਂ ਪੈਣਾ ਕੋਲ ਵੀ ਅੱਗੇ ਵਧਣ ਦੇ ਮੌਕੇ ਬਦਰੇ ਨੇ ਆਤਮ ਨਿਰਭਰ ਨਾਰੀ ਸ਼ਕਤੀ ਨਾਲ ਸੰਵਾਦ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਘਰ ਪਖਾਨੇ ਬਿਜਲੀ ਪਾਣੀ ਅਤੇ ਗੈਸ ਵਰਗੀਆਂ ਸਹੂਲਤਾਂ ਨਾਲ ਮਹਿਲਾਵਾਂ ਨੂੰ ਜੋੜਿਆ ਜਾ ਰਿਹਾ ਹੈ ਇਸ ਸਮਾਗਮ 'ਚ ਪੰਡਿਤ ਦੀਨਦਿਆਲ ਅਨੰਤ ਤੋਂ ਦੇਆ ਯੋਜਨਾ ਤਹਿਤ ਕੌਮੀ ਪਿੰਡੂ ਆਜੀਵਿਕਾ ਮਿਸ਼ਨ ਦੇ ਲਾਭਪਾਤਰੀਆਂ ਮਹਿਲਾ ਸਵੈ ਸਹਾਇਤਾ ਸੰਗਠਨਾ ਤੇ ਕਮਿਊਨਿਟੀ ਸਰੋਤ ਦੇ ਵਿਅਕਤੀਆਂ ਨੂੰ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਧੀਆਂ ਪੈਣਾ ਦੀ ਸਿੱਖਿਆ ਸਿਹਤ ਪੋਸ਼ ਟੀਕਾਕਰਨ ਅਤੇ ਹੋਰ ਲੋੜਾਂ ਬਾਰੇ ਵੀ ਸਰਕਾਰ ਪੂਰੀ ਤਰ੍ਹਾਂ ਸੰਜੀਦਗੀ ਨਾਲ ਕੰਮ ਕਰ ਰਹੀ ਹੈ ਪ੍ਰਧਾਨ ਮੰਤਰੀ ਨੇ ਆਖਿਆ ਕਿ ਸੈਲਫ ਹੈਲਪ ਗਰੁੱਪਾਂ ਤਹਿਤ ਮਹਿਲਾਵਾਂ ਵੱਲੋਂ ਕੋਰੋਨਾ ਕਾਲ ਵਿੱਚ ਜਿਸ ਢੰਗ ਨਾਲ ਦੇਸ਼ ਦੀ ਸੇਵਾ ਕੀਤੀ ਉਹ ਸੱਚਮੁੱਚ ਹੀ ਬੇਮਿਸਾਲ ਹੈ ਉਨ੍ਹਾਂ ਕਿਹਾ ਕਿ ਮਹਿਲਾਵਾਂ ਨੇ 마ਸਕ ਅਤੇ ਸੈਨੀਟਾਈਜ਼ਰ ਲੋੜਵੰਦਾਂ ਤੱਕ ਭੋਜਨ ਪਹੁੰਚਾਉਣ ਜਾਗਰੂਕਤਾ ਪੈਦਾ ਕਰਨ ਸਮੇਤ ਅਨੇਕ ਖੇਤਰਾਂ 'ਚ ਬਿਹਤਰੀਨ ਕੰਮ ਕੀਤਾ ਸਾਥਿਓ ਸਵੈਮ ਸਹਾਇਤਾ ਸਮੂਹ और दीनदयाल अंत्योदय योजना आज ग्रामीण भारत में एक नई क्रांति ला रही है और इस क्रांति के मशाल आज बदलते हुए भारत में देश की बहन बेटियों के पास भी आगे बढ़ने के अवसर बढ़ रहे हैं घर शौचालय बिजली पानी गैस जैसी सुविधाओं से सभी बहनों को जोड़ा जा रहा है बहनों बेटियों की शिक्षा स्वास्थ्य पोषण टीकाकरण और दूसरी जरूरतों पर भी सरकार पूरी संवेदनशीलता से काम कर रही है बीते ਕੇਂਦਰੀ ਸਿੱਖਿਆ ਮੰਤਰੀ ਤਰਮੇਂਦਰ ਪ੍ਰਧਾਨ ਨੇ ਕਿਹਾ ਕਿ ਸਰਕਾਰ ਭਵਿੱਖ ਦਾ ਕਾਰਜਬਲ ਤਿਆਰ ਕਰਨ ਲਈ ਸਿੱਖਿਆ ਤੇ ਹੁਨਰ ਵਿਦਿਆਲੇ ਬਿਹਤਰ ਤਾਲਮਿਲ ਵਿਕਸਿਤ ਕਰਨ ਦੀ ਦਿਸ਼ਾ 'ਚ ਕੰਮ ਕਰ ਰਹੀ ਹੈ। ਨਵੀਂ ਦਿੱਲੀ 'ਚ ਭਾਰਤੀ ਉਦਯੋਗ ਮਹਾਸੰਘ ਯਾਨੀ CII ਦੇ ਵਿਸ਼ੇਸ਼ ਪੂਰਨ ਸੈਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਅਰਥਚਾਰੇ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਅਤੇ ਭਾਰਤ ਦਾ ਭਵਿੱਖ ਸੁਨਹਿਰਾ ਨਜ਼ਰ ਆ ਰਿਹਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਉਤਪਾਦਕਤਾ ਵਧਾਉਣ ਅਤੇ ਅਰਥਚਾਰੇ ਨੂੰ ਅੱਗੇ ਲੈ ਜਾਣ ਲਈ ਪੂਰਨ ਸਮਰੱਥਾ ਵਿਕਸਿਤ ਕਰਨਾ ਬੇਹੱਦ ਮਹੱਤਵਪੂਰਨ ਹੈ। ਪ੍ਰ ਅਜੇਆ ਤਾਣਾ ਬਣਾ ਵਿਕਸਿਤ ਕਰਨ ਦੀ ਦਿਸ਼ਾਚ ਕੰਮ ਕਰੇਗੀ ਜਿਸ ਨਾਲ ਅਰਥਚਾਰੇ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਦੇਖਣ ਨੂੰ ਮਿਲੇਗਾ। ਵਿਦੇਸ਼ ਮੰਤਰਾਲੇ ਨੇ ਸਪਸ਼ਟ ਕੀਤਾ ਕਿ ਕਾਬੁਲ ਚ ਭਾਰਤੀ ਦੂਤਕਰ ਬੰਦ ਨਹੀਂ ਕੀਤਾ ਜਾ ਰਿਹਾ ਤੇ ਭਾਰਤ ਲਗਾਤਾਰ ਅਫਗਾਨਿਸਤਾਨ ਦੀ ਸਥਿਤੀ ਤੇ ਨਜ਼ਰ ਰੱਖ ਰਿਹਾ ਹੈ। ਨਵੀਂ ਦਿੱਲੀ ਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਦਮ ਬਾਗਚੀ ਨੇ ਕਿਹਾ ਕਿ ਅਸੀਂ ਕਾਬੁਲ ਤੇ ਤਾਲਿਬਾਨ ਦੇ ਕਬਜ਼ੇ ਨੂੰ ਲੈ ਕੇ ਕੋਈ ਅਨੁਮਾਨ ਨਹੀਂ ਲਗਾਉਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਭਾਰਤ ਹਮੇਸ਼ਾ ਹੀ ਅਫਗਾਨਿਸਤਾਨ ਵਿੱਚ ਸ਼ਾਂਤੀ ਦਾ ਪੱਖ ਧਰ ਰਿਹਾ ਹੈ। ਤੇ ਇਸ ਦੇ ਨਾਲ ਹੀ ਖਬਰਾਂ ਦੇ ਬਲਟਨ ਖਤਮ ਹੁੰਦੇ ਹਨ ਨਮਸਕਾਰ